ਜੇ ਪਰਿਵਾਰ ਨੂੰ ਤੰਗ ਕਰਨਾ ਤੇ ਤੁਸੀਂ ਪੁੱਛਣਾ ਇਹੀ ਹੈ ਨਾ ਵੀ ਤੁਹਾਨੂੰ ਮਲਾਇਕ ਨੀ ਮਲਾਇਆ ਮੈਨੂੰ ਪੁੱਛ ਲਓ ਹੁਣ ਮਗਰ ਇਹਨਾਂ ਨੂੰ ਜੋ ਤੰਗ ਕਰਕੇ ਤੁਸੀਂ ਪੁੱਛਣਾ ਹੈ ਵੀ ਦੱਸ ਤੇ ਜੇ ਭਲਾ ਉਹ ਕਹਿਣ ਵੀ ਚਲੋ ਭਿੰਡਰ ਵਾਲੇ ਕੋਲ ਲੈ ਚੱਲਦੇ ਹਾਂ ਤੇ ਫਿਰ ਤੁਹਾਨੂੰ ਖੇਚਲ ਕਰਨੀ ਪੈਣੀ ਪੰਜਾਬ ਚ ਆਉਣਾ ਤੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਨਾ ਮੈਂ ਇੱਥੇ ਬੈਠਾ ਇੱਥੇ ਪੁੱਛ ਲਓ ਜਿਹਨੇ ਪੁੱਛਣਾ ਹੈ ਇਲਾਕਾ ਨਿਵਾਸੀ ਜੇ ਇਸ ਤਰ੍ਹਾਂ ਕਿਸੇ ਦੇ ਇਹ ਕਰਕੇ ਆਉਂਦੀ ਹੈ ਪੁਲਿਸ ਇਹੋ ਜਿਹੀਆਂ ਗੱਲਾਂ ਵੀ ਜਿਹਦੇ ਜਿਹਦੇ ਘਰੇ ਜਾਂਦਾ ਉਹਦੇ ਤੇ ਤਸ਼ੱਦਦ ਕਰੋ ਗਾਂ ਨੂੰ ਕੌਮ ਇਹਦੇ ਨਾਲ ਜੁੜ ਨਾ ਸਕੇ ਇਹਨਾਂ ਨੂੰ ਇਹ ਨੀ ਪਤਾ ਕਿ ਸਿੱਖਾਂ ਦੀ ਕੌਮ ਇਹ ਗੇਂਦ ਵਰਗੀ ਹੈ ਗੇਂਦ ਵਰਗੀ ਜਿਵੇਂ ਜਿਵੇਂ ਇਹਨੂੰ ਨੱਪਾਂਗੇ ਤਿਵੇਂ ਤਿਵੇਂ ਤਾਂ ਉਹਨੂੰ ਉੱਠੇਗੀ ਜਿਵੇਂ ਜਿਵੇਂ ਸ਼ਾਂਤੀ ਰੱਖਾਂਗੇ ਤਿਵੇਂ ਤਿਵੇਂ ਚੱਕ ਕੇ ਬੈਠੀ ਰਹਿੰਦੀ ਹੈ ਕਿਤੇ ਐਸਾ ਨਾ ਹੋਵੇ ਉਹ ਇੱਕ ਦਿਨ ਮੈਂ ਜਾ ਆਇਆ ਤੇ CBI ਵਾਲਿਆਂ ਨੇ ਜਾ ਕੇ ਅੱਡਾ ਹੀ ਲਾ ਲਿਆ ਉੱਥੇ ਉਹਨੇ ਬਾਹਰ ਚ ਬੈਠਿਆ ਧਰਨਾ ਮਾਰੀ ਮਾਈ ਦੇ ਵਿਚਾਰੀ ਬਜ਼ੁਰਗ ਮਾਈ ਹੈ ਇਹਨਾਂ ਚੀਜ਼ਾਂ ਵੱਲ ਧਿਆਨ ਤੁਹਾਨੂੰ ਦੇਣਾ ਪੈਣਾ ਦਿੱਲੀ ਨਿਵਾਸੀ ਸੰਗਤ ਦੀ ਜੇ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਸ ਵੇਲੇ ਤੁਹਾਨੂੰ ਸਾਰਿਆਂ ਨੂੰ ਸਾਵਧਾਨ ਹੋ ਕੇ